ਸਾਨੂੰ ਖੱਟਾ ਕੀ ਪਸੰਦ ਹੈ? ਖੱਟਾ ਮੈਨੂੰ ਕੀ ਪਸੰਦ ਹੈ? ਖੱਟਾ ਪੰਜਾਬ ਪੀਪਲ ਆਰ ਟੂ ਸਵੀਟ। ਜਾ ਘੁੰਮ ਕੇ ਆ ਬਾਹਰ। ਅੱਛਾ ਯੈਸ, ਇਹ ਹੋਇਆ ਇਦਾਂ? ਹਾਂ, ਆਰ ਯੂ ਇੰਜੋਇੰਗ ਦ ਵੈਦਰ ਆਫ ਚੰਡੀਗੜ੍ਹ? ਆਈ ਮੀਨ ਆਮ ਟ੍ਰਾਈਂਗ ਟੂ। ਯੂਜੂਲੀ ਇਹ ਕਿਹਾ ਜਾਂਦਾ ਹੈ ਕਿ ਚੰਡੀਗੜ੍ਹ ਦਿੱਲੀ ਤੇ ਬੰਬੇ ਦਾ ਮਿਕਸਚਰ ਹੈ। ਅੱਛਾ, ਹਾਊ ਯੂ ਸ਼ੋ ਯੋਰ ਲਵ ਟੂ ਯੋਰ ਪੇਰੈਂਟਸ ਫਰੈਂਡਸ? ਸ਼ੀ ਕ੍ਰਾਈਸ। ਸੋ ਜਾਂਦੇ ਜਾਂਦੇ ਇੱਕ ਲਾਸਟ ਕੁਐਸਚਨ ਕੀ ਕਿੱਥੇ ਜਾਂਦੇ ਹੁੰਦੇ? ਹਾਈ ਗਾਈਜ਼, ਵੈਲਕਮ ਟੂ ਹਿਟਸ ਕੈਫੇ। ਸੋ ਯੂਜੂਲੀ ਇਹ ਹੁੰਦਾ ਨਾ, ਜਦ ਵੀ ਆਪਾਂ ਕੁਝ ਸਟਾਰਟ ਕਰਨਾ ਹੁੰਦਾ ਜਾਂ ਸਪੈਸ਼ਲ ਓਕੇਜ਼ਨ ਹੁੰਦੀ ਹੈ ਤਾਂ ਕਹਿੰਦੇ ਆ ਕਿ ਕੁਝ ਮਿੱਠਾ ਹੋ ਜਾਏ, ਬਟ ਇਨ ਪੈਰਲਰ ਯੂਨੀਵਰਸ ਵੀ ਆਰ ਸੇਇੰਗ ਕੁਝ ਖੱਟਾ ਹੋ ਜਾਏ, ਐਂਡ ਟੂਡੇ ਵੀ ਹੈਵ ਸਟਾਰ ਕਾਸਟ ਆਫ ਕੁਝ ਖੱਟਾ ਹੋ ਜਾਏ। ਦ ਵਨ ਇਜ਼ ਸਨ ਆਫ ਪੰਜਾਬ, ਦ ਬ੍ਰਾਂਡ ਆਫ ਪੰਜਾਬ ਆਈ ਵੁੱਡ ਸੇ, ਗੁਰੂ ਰੰਧਾਵਾ, ਐਂਡ ਦੀ ਅਦਰ ਇਜ਼ ਵੈਰੀ ਬਿਊਟੀਫੁਲ ਐਂਡ ਹਾਊਸ ਆਫ ਟੈਲੈਂਟ, ਸਾਈ ਮਾਂਜਰੇਕਰ। ਹਾਈ, ਹਾਊ ਆਰ ਯੂ? ਗੁੱਡ, ਹਾਊ ਆਰ ਯੂ? ਤੁਸੀਂ ਤਾਂ ਵਧੀਆ ਬੋਲ ਰਹੇ ਹੋ, ਨਰਵਸ ਸਾਨੂੰ ਕਰੀ ਜਾਂਦੇ ਸੀ, ਸਹੀ ਬੋਲ ਰਹੇ ਹੋ। ਤੁਸੀਂ ਕਿਹਾ ਸੀ ਨਾ ਐਜ਼ ਅ ਫਰੈਂਡ ਪੁੱਛਣੇ ਕਿ ਹਾਂ ਬਿਲਕੁਲ, ਹੋਰ ਕੀ, ਬਸ ਇੱਧਰ ਰੱਖੋ, ਬਸ ਕੰਮ ਹੋ ਗਿਆ। ਫਿਰ ਤੁਹਾਨੂੰ ਜੇ ਪੁੱਛਿਆ ਜਾਏ ਕਿ ਤੁਹਾਨੂੰ ਖੱਟਾ ਕੀ ਪਸੰਦ ਹੈ? ਖੱਟਾ ਮੈਨੂੰ ਕੀ ਪਸੰਦ ਹੈ? ਖੱਟਾ ਮੈਨੂੰ ਲੱਗਦਾ ਜੋ ਜਿਹੜਾ ਮਸੰਮੀ ਦਾ ਜੂਸ ਆ, ਜੋ ਠੰਡਾ ਜਾਂ ਰੋਡ ਤੋਂ ਮਿਲਦਾ ਵਾ, ਤੇ ਉਹ ਆਈ ਥਿੰਕ ਉਹ ਮੈਨੂੰ ਵਧੀਆ ਲੱਗਦਾ। ਐਂਡ ਆਪਕਾ? ਕਾਲਾ ਖੱਟਾ ਗੋਲਾ। ਓ ਵਾਓ, ਓਕੇ। ਆਰ ਯੂ ਇੰਜੋਇੰਗ ਦ ਵੈਦਰ ਆਫ ਚੰਡੀਗੜ੍ਹ? ਆਈ ਮੀਨ ਆਮ ਟ੍ਰਾਈਂਗ ਟੂ। ਸੋ ਆਪ ਚੰਡੀਗੜ੍ਹ ਪਹਿਲੇ ਵੀ ਆਏ ਹੋ, ਹੈ ਨਾ? ਹਾਂ, ਬਚਪਨ ਮੇਂ। ਯੂਜੂਲੀ ਇਹ ਕਿਹਾ ਜਾਂਦਾ ਹੈ ਕਿ ਚੰਡੀਗੜ੍ਹ ਦਿੱਲੀ ਤੇ ਬੰਬੇ ਦਾ ਮਿਕਸਚਰ ਹੈ। ਅੱਛਾ, ਹਾਂ, ਐਂਡ ਤੁਸੀਂ ਦਿੱਲੀ ਵੀ ਰਹੇ ਹੋ, ਬੰਬੇ ਵੀ ਰਹੇ ਹੋ, ਡੂ ਯੂ ਫਾਈਂਡ ਕਿ? ਨਹੀਂ ਯਾਰ, ਨਹੀਂ, ਮੈਂ ਵੈਦਰ ਵਾਈਜ਼ ਇਨ ਐਵਰੀ ਸੈਂਸ, ਫੂਡ, ਪੀਪਲ, people have to say are so sweet yaar. Oh, in Punjab people are too sweet. Ja ghum ke aao baar. Okay, so Guru, I have a compliment for you from your friends. Last time meri gal ho rahi si Sara Gurpal ji naal and Babbar Rai naal. So question siga ki sab to zyada cant banda industry da kaun hai? And she said Guru Randhawa. Unhone mainu eh vi dasse si ki jadon Delhi jande hai, he she called you and tusi kehnde ho ki je aayi hai na kare aalu de paronthe kha ke ja hai na. And Babbar ji ne kya ki he is my little brother, yeah. Hana, they appreciated you a lot, hana, yeah. Unna lehi koi message phir appa hai na unnanu dassange? I think Babbal paaji naal bahut time to jadon main je gaana shuru kita si odo main ਉਹਨਾਂ ਨਾਲ ਟਰੈਵਲ ਕੀਤਾ, ਅਮਰਿੰਦਰ ਗਿੱਲ ਭਾਈ ਦੀ ਮੂਵੀ ਆਉਣੀ ਸੀ, ਉਦੋਂ ਅਸੀਂ ਸਾਰੇ ਇਕੱਠੇ ਸ਼ੋਜ਼ ਕਰਨ ਜਾਂਦੇ ਸੀ ਪਿੰਡਾਂ 'ਚ, ਇੱਥੇ ਕਾਲਜਸ ਦੇ ਵਿੱਚ, ਪੰਜਾਬ ਸਾਰਾ ਕਵਰ ਕੀਤਾ ਸੀ, ਔਰ ਉਦੋਂ ਤੋਂ ਲੈ ਕੇ ਹੁਣ ਤੱਕ ਆਈ ਲਵ ਬੱਬਲ ਭਾਜੀ, ਐਂਡ ਹੀ ਸਪੋਰਟਡ ਮੀ ਵੈਰੀ ਵੈਲ। ਜਦੋਂ ਵੀ ਕੁਛ ਹੁੰਦਾ ਵਾ ਜਾਂ ਜਦੋਂ ਵੀ ਕਿਸੇ ਵੀ ਚੀਜ਼ ਦੀ ਗੱਲ ਹੁੰਦੀ, ਦੈਨ ਮਤਲਬ ਮੇਰਾ ਉਹਨਾਂ ਨਾਲ ਕਾਫੀ ਜ਼ਿਆਦਾ ਵਾਰਤਾਲਾਪ ਰਹਿੰਦਾ, ਐਂਡ ਸਾਰਾ ਸ਼ੀ ਇਜ਼ ਵੈਰੀ ਸਵੀਟ ਆ ਸਾਰਾ। ਤਾਂ ਉਹਨਾਂ ਨੇ ਆਲੂ ਦੇ ਪਰੌਂਠੇ ਦੀ, ਹੈ ਨਾ, ਗੱਲ ਕੀਤੀ ਸੀ? ਹਾਂ, ਖਾਦੇ ਵੀ ਇੱਕ ਵਾਰੀ ਆਈ ਸੀ, ਹਾਂ, ਇੱਕ ਵਾਰੀ ਘਰ ਪਾਰਟੀ ਸੀ ਉਦੋਂ ਆਈ ਸੀ ਸ਼ਾਇਦ, ਹਾਂ, ਉਦੋਂ ਉਹਨੇ ਖਾਦੇ। ਫਿਰ ਵੈਸੇ ਵੀ ਜਦੋਂ ਕਦੇ ਬੰਬੇ ਦਿੱਲੀ ਆਉਂਦੇ ਆ ਜਾਂ ਕਦੇ ਬੰਬੇ, ਫਿਰ ਮੈਂ ਉਹਨਾਂ ਨੂੰ ਕਹਿੰਦਾ ਕਿਸੇ ਚੀਜ਼ ਦੀ ਲੋੜ ਹੈ ਦੱਸਿਆ ਕਰੋ ਯਾਰ, ਮਤਲਬ, ਹੈ ਨਾ, ਮਤਲਬ ਫਿਰ ਕਾਹਦਾ ਫਾਇਦਾ ਜੇ ਤੁਹਾਡੇ ਆਪਣੇ ਸਟੇਟ ਦਾ ਬੰਦਾ ਹੋਰ ਕਿਤੇ। ਇੱਕ ਕਨਵਰਸੇਸ਼ਨ ਪੂਰੀ ਤੁਹਾਡੇ ਬਾਰੇ ਸੀ, ਪਤਾ ਹੈ, ਉਹਨਾਂ ਦੇ ਇੰਟਰਵਿਊ ਵਿੱਚ। ਅੱਛਾ, ਯੈਸ, ਇਹ ਹੋਇਆ ਇਦਾਂ? ਹਾਂ, ਸਾਈ, ਇਫ ਆਈ ਆਸਕ ਯੂ ਕਿ ਜੈਸੇ ਇੱਕ ਟੀਚਰ ਕਾ ਬੱਚਾ ਹੈ ਨਾ, ਆਪਣੀ ਮੰਮੀ ਜਾਂ ਡੈਡ ਸੇ ਡਰਤਾ ਹੈ ਕਿ ਟੀਚਰ ਹੈ, ਆਫ ਕੋਰਸ, ਹੈ ਨਾ, ਨੰਬਰ ਗੰਦੇ ਆਏ ਤਾਂ ਮਾਰ ਤੋਂ ਪੜੇਗੀ। ਇਫ ਆਈ ਆਸਕ ਯੂ, ਹੈ ਨਾ, ਆਪਕੇ ਫਾਦਰ, ਆਫ ਕੋਰਸ ਹੀ ਇਜ਼ ਅ ਲੈਜੈਂਡ, ਹੈ ਨਾ, ਇੱਕ ਇੰਸਟੀਟਿਊਸ਼ਨ ਹੈ ਖੁਦ ਮੇਂ ਵੋ, ਅਗਰ ਆਪ ਕੋਈ ਪ੍ਰੋਜੈਕਟ ਕਰਤੇ ਹੋ, ਡੂ ਯੂ ਫਾਈਂਡ ਕਿ ਰਿਸਪੋਂਸੀਬਿਲਿਟੀ ਹੈ ਐਸਾ ਕੁਛ ਜੋ ਆਪਕੋ ਲਾਈਕ ਲੈਗੇਸੀ ਕੰਟੀਨਿਊ ਕਰਨੇ ਮੇਂ? ਜੀ ਬਿਲਕੁਲ, ਆਈ ਥਿੰਕ ਪ੍ਰੋਜੈਕਟ ਕੋ ਹਾਂ ਬੋਲਨੇ ਸੇ ਪਹਿਲੇ ਹੀ ਸਕ੍ਰਿਪਟ ਮੇਰੇ ਪਾਸ ਸੇ ਮੋਮ ਡੈਡ ਕੇ ਪਾਸ ਜਾਤੀ ਹੈ, ਔਰ ਫਿਰ ਹੀ ਉਸਕੋ ਹਾਂ ਹੋਤੀ ਹੈ, ਬਿਕੋਜ਼ ਐਜ਼ ਅ ਡਾਇਰੈਕਟਰ ਉਨਕੋ ਜ਼ਿਆਦਾ ਪਰਸਪੈਕਟਿਵ ਹੈ, ਜ਼ਿਆਦਾ ਐਕਸਪੀਰੀਅੰਸ ਹੈ ਕਿ ਮੇਰੇ ਲਈ ਕਿਆ ਕੰਮ ਕਰੇਗਾ ਕਿਆ ਨਹੀਂ ਕਰੇਗਾ। ਐਂਡ ਆਈ ਫੀਲ ਲਾਈਕ ਹਰ ਮੂਵੀ ਮੇਂ ਉਨਕਾ ਇੱਕ ਦੇਖਨੇ ਕੇ ਬਾਅਦ ਮੁਝੇ ਵੋ ਇੱਕ ਟਿਪ ਦੇਤਾ ਹੈ ਜੋ ਮੈਂ ਅਗਲੀ ਮੂਵੀ ਮੇਂ ਯੂਜ਼ ਕਰਤੀ ਹੂੰ, ਐਂਡ ਇਟ ਕਾਇੰਡ ਆਫ ਹੈਲਪਸ। ਤੋ ਉਨਕਾ ਨਾਮ ਤੋ ਹਮੇਸ਼ਾ ਬੜਾਨਾ ਹੈ, ਨਾਕ ਉੱਪਰ ਰੱਖਣੀ ਹੈ, ਔਰ ਕੁਛ ਪ੍ਰੋਜੈਕਟ ਕੇ ਬਾਅਦ ਡਰ ਲੱਗਤਾ ਹੈ? ਹਾਂ। Oh, is project ke baad, like how you are like I'm thinking? Very excited to show it to him. Okay, but there is one scene that I'm scared of. Oh, kaun sa? Main to bata sakta hu na wo last wala, last wala, last wala jab aapko pakad leke ja rahe hain? Ha, ekdam last wala. Ha, okay, jo leke ja rahe hain pakad ke. Okay, how you justify your success? Ki sirf good stars hone ek star liye bahut easy hai, matlab acha hai, ya hard work, sirf hard work hi zaruri hai? I think hard work, okay, plus vision, plus everyday consistency,
प्लस योर मॉम डैड ब्लेसिंग्स प्लस योर लव टू योर मॉम डैड प्लस हाउ यू लुक एट योर लाइफ एवरी डे एंड प्लस किस्मत था फिर जे किसी की किस्मत वधिया फिर था जो मर्जी करी जाओ उन्हें सोना बनी जाना बट दैन ਉਹ ਵੀ ਇੱਕ ਹੱਦ ਤੱਕ ਬਣਦਾ ਫਿਰ ਉਸ ਤੋਂ ਬਾਅਦ ਤੁਹਾਨੂੰ ਫੇਰ ਮਿਹਨਤ ਕਰਨੀ ਪੈਂਦੀ ਆ ਉਸ ਕਿਸਮਤ ਨੂੰ ਹੋਰ ਗਾਂ ਲੈ ਕੇ ਜਾਣ ਵਾਸਤੇ ਤੇ ਆਈ ਥਿੰਕ ਸਾਰੀਆਂ ਚੀਜ਼ਾਂ ਬਟ ਸਭ ਤੋਂ ਜ਼ਿਆਦਾ ਜ਼ਰੂਰੀ ਆ ਤੁਸੀਂ ਆਪਣੇ ਜੇ ਮੋਮ ਡੈਡ ਨੂੰ ਪਿਆਰ ਕਰਦੇ ਹੋ ਉਹਨਾਂ ਦਾ ਖਿਆਲ ਰੱਖਦੇ ਹੋ ਮੈਨੂੰ ਲੱਗਦਾ ਉਹ ਫਿਰ ਸਾਰੀ ਚੀਜ਼ਾਂ ਫਿੱਕੀਆਂ ਪੈ ਜਾਂਦੀਆਂ ਬਾਕੀ ਵੈਰੀ ਨਾਈਸ ਅਮੇਜ਼ਿੰਗ ਐਂਡ ਸਾਈ ਇਫ ਆਈ ਆਸਕ ਯੂ ਵਾਟਸ ਯੋਰ ਲਵ ਲੈਂਗੁਏਜ ਹਾਊ ਯੂ ਸ਼ੋ ਯੋਰ ਲਵ ਟੂ ਯੋਰ ਪੇਰੈਂਟਸ ਫਰੈਂਡਸ ਸ਼ੀ ਕ੍ਰਾਈਸ That's my love language. I do cry a lot. But I think my love language is acts of service. Five, no? Okay. Five होते हैं. Physical touch है मेरा. मैं सबको hug करती रहती हूँ. I need to keep holding hands. Okay. और मेरा acts of service. Poke भी करते हो? हाँ. Tongue करते हैं. Okay. हाँ, हमेशा. And acts of service में तो मुझे उनके लिए चीजें करने को अच्छा लगता है. Okay. So you buy gifts for your parents? Buy gifts or do something. डांट पड़ती है like कि मैं love helping them. उनको कुछ computer पे नहीं आ रहा होगा तो I love being the one to go and help them. So if you buy some like expensive gifts for your parents, डांट पड़ती है कि इतना क्या जरूरी था नहीं पड़ती है वाव. मैंने अभी तक इतना expensive कुछ लिया नहीं है. But वो वैसे chill है. मैंने अपने पहले पेचेक से सबको डिनर करवाया था तो मैं ऐसे छोटी छोटी चीजें करती रहती हूँ. अमेजिंग. दे आर नॉट वेरी मटेरियलिस्टिक तो उनको चीजों का शौक नहीं है. वो आप खुद खरीद लेते हैं. तो वेरी नाइस. अच्छा 16 फेब को फिल्म आ रही है ना. सो आपको पता है 16 फेब को वैलेंटाइन जो वीक होता है उसमें से कौन सा दिन है डे है. 14th को तो खत्म हो जाता है ना? उसके बाद वाले भी होते हैं ना. उसके बाद तो उल्टे होते हैं उससे. सो जब आपकी मूवी आ रही होगी है ना देख रहे होंगे एवरी वन विल बी किकिंग ईच अदर क्योंकि किक डे है. ये होता है क्या? हाँ पीपल. या गुरु अगर मैं आपसे पूछूं इफ आई आस्क यू कि तीन चीजें है ना एक्टिंग सिंगिंग एंड एज अ लिरिसिस्ट एक एक्सरसाइज जो तीनों विच कॉमन है. Composition. Okay. Like you have to be very much composed to do acting. You have to be very much composed to write something. Okay. And you have to be very much composed to sing something. Okay. Yeah. So that's why they say like even dekhoge actors jede ne bahut sare actors na singing classes bhi lende hai. Yes. Cause at the end appa sur da hi itte gall aa na kujh upar thalle karni gusse ja ke thalle karni and then to sum it up I think it's composition that is common in done. So jande ek last question ki kitne jande bas mera fir time khatam ho gaya na. Okay ki is room cha na jab tusi jaoge todi absence which ਆਪਾਂ ਸਾਰੇ ਲਾਈਕ ਤੁਹਾਨੂੰ ਸੈਲੀਬ੍ਰੇਟ ਕਰਨਾ ਹੈ ਐਜ਼ ਹਿਊਮਨ ਬੀਇੰਗਸ ਤੁਸੀਂ ਕੀ ਸੁਣਨਾ ਚਾਹੋਗੇ ਆਪਣੇ ਬਾਰੇ ਬਤਾਓ ਬਈ ਮੈਂ ਕੱਲ ਹੀ ਕਿਸੇ ਕੋ ਬੋਲ ਰਹੀ ਸੀ ਆਈ ਲਵ ਵੈਨ ਪੀਪਲ ਸੇ ਸਾਈ ਇਜ਼ ਅ ਵੈਰੀ ਸਵੀਟ ਪੋਲਾਈਟ ਗਰਲ ਆਈ ਡੋਨਟ ਨੋ ਵਾਈ ਮੇਰੇ ਸਾਰੇ ਫਰੈਂਡਸ ਕੇ ਪੇਰੈਂਟਸ ਜੇ ਗੁਜਰਾਤੀ ਹੈ ਤਾਂ ਮੈਨੂੰ ਡਾਈ ਚੁਕਰੀ ਸੋ ਐਵਰੀਵਨ ਆਲਵੇਜ਼ ਕਾਲ ਮੀ ਅ ਸਵੀਟ ਨਾਈਸ ਗਰਲ ਐਂਡ ਆਈ ਲਵ ਵੈਨ ਪੀਪਲ ਸੇ ਸ਼ੀ ਹੈਜ਼ ਸੱਚ ਅ ਗੁੱਡ ਅਪਬ੍ਰਿੰਗਿੰਗ ਆਈ ਲਵ ਇਟ ਯਾ ਓਕੇ ਤੁਸੀਂ मैं क्या सुनना चाहता हूँ. अच्छा मैं क्या सुनना चाहना कि मैं चाहना जो मैं जिदा तो ही मैंने मिले हो या कोई भी मैंने मिले वा वो मैंने एज एन आर्टिस्ट ना याद रखे. Yes. वो मैंने एज अ ह्यूमन बीइंग याद रखे. आई विल रिमेंबर दिस डे फॉर माय होल लाइफ क्योंकि मैं जो थोड़ा सॉन्ग आया थी ना खत I was very like in plus one, I guess. मैं वो back to back सुने हैं. So I guess a dream come true. मैं भी उधर plus three थी. Okay, very nice. So thank you so much. And of course, अपन movie देखने जाने हैं, है ना? But कुछ मीठा खावांगे अपन. थोड़ी movie नो celebrate करांगे. Thank you so much. And thank I hope you enjoy weather. Thank you. तो पंजाबी होर बोला करो. होर बोला करो. ठीक है. कैमरे सामने ही आंधी मेरी पंजाबी. हाँ तो permanent इतने लगा लो ना कैमरा. Thank you so much. Thank we will of course go for movie. Thank you guys. Thank you guys.